ਦਾ ਪੋਸਟ ਰਿਲੀਜ਼ ਕੀਤਾ ਜੀ ਦੇ ਬਹੁਤ ਚੰਗਾ ਦੁਸਹਿਰਾ ਦਾ ਅੱਜ ਦਿਹਾੜਾ ਜਿੱਥੇ ਮੈਂ ਮੁਬਾਰਕਬਾਦ ਸਾਰਿਆਂ ਨੂੰ ਦਿੱਤੀ ਆ ਉੱਥੇ ਮੈਨੂੰ ਇਸ ਗੱਲ ਦੀ ਖੁਸ਼ੀ ਆ ਇਹਨਾਂ ਨੇ ਜਿਹੜਾ ਮੈਸੇਜ ਜਿਹੜਾ ਦਿੱਤਾ ਸਾਰੇ ਪੰਜਾਬ ਵਾਸੀਆਂ ਨੂੰ ਉਹ ਬਹੁਤ ਵਧੀਆ ਆਪਸੀ ਭਾਈਚਾਰੇ ਪ੍ਰਤੀਕ ਦਾ ਪਵਿੱਤਰ ਤਿਉਹਾਰ ਆ ਇਸ ਕਰਕੇ ਮੈਸੇਜ ਇਹਨਾਂ ਦਾ ਜਿਹੜਾ ਉਹ ਆਪਸੀ ਭਾਈਚਾਰੇ ਪ੍ਰੇਮ ਦਾ ਸਾਰਿਆਂ ਤੱਕ। ਮੇਰੇ ਆਪਣੇ ਸ਼ਹਿਰ ਲੁਧਿਆਣਾ ਦੇ ਬਹੁਤ ਹੀ ਪਿਆਰੇ ਅਤੇ ਸਤਿਕਾਰਯੋਗ ਸਾਰੇ ਹੀ ਸਿਟੀਜ਼ਨਸ ਨੂੰ ਅੱਜ ਦੁਸਹਿਰੇ ਦੀਆਂ ਬਹੁਤ ਬਹੁਤ ਮੁਬਾਰਕਾਂ। ਦੇਖੋ ਅੱਜ ਇਸ ਚੱਲ ਰਹੀ ਕੋਵਿਡ ਏਰਾ ਦੇ ਵਿੱਚ ਪੰਜਾਬ ਕੈਬਨਿਟ ਮਿਨਿਸਟਰ ਮੈਡੀਕਲ ਐਜੂਕੇਸ਼ਨ ਸ਼੍ਰੀ ਓਪੀ ਸੋਨੀ ਜੀ ਜੋ ਅੱਜ ਲੁਧਿਆਣੇ ਦੇ ਵਿੱਚ ਇੱਕ ਪ੍ਰਾਈਵੇਟ ਹਸਪੀਟਲ ਦੇ ਇਨੋਗਰੇਸ਼ਨ 'ਤੇ ਆਏ ਸੀਗੇ ਉਹਨਾਂ ਨੇ ਇੱਕ ਪੋਸਟਰ ਜਿਹੜਾ ਡਿਪਿਕਟ ਕਰਦਾ ਸੇਵਾ ਸੰਕਲਪ ਸੁਸਾਇਟੀ ਵੱਲੋਂ ਸੇਵਾ ਸੰਕਲਪ ਸੁਸਾਇਟੀ ਦੇ 122 ਦਿਨਾਂ ਦੇ ਅੱਜ ਚੱਲ ਰਹੇ ਨੋਬਲ ਕੌਜ਼ ਨੂੰ ਸੇਵਾ ਸੰਕਲਪ ਸੁਸਾਇਟੀ ਨੇ ਜੂਨ 2020 ਦੇ ਵਿੱਚ ਅੰਡਰ ਦ ਪੈਟਰਨੇਜ ਆਫ ਲੁਧਿਆਣਾ ਡਿਪਟੀ ਕਮਿਸ਼ਨਰ ਸ਼੍ਰੀ ਵਰਿੰਦਰ ਕੁਮਾਰ ਦੇ ਪੈਟਰਨੇਜ ਹੇਠ ਇਹ ਜਿਹੜਾ ਅਤੇ DMC ਹੀਰੋ DMC ਫੈਕਲਟੀ ਦੇ ਡਾਕਟਰਸ ਦੇ ਸਹਿਯੋਗ ਨਾਲ ਇਹ ਜਿਹੜੀ ਇੱਕ ਮਹਿਮ ਸੈਲਫ ਸੇਫਟੀ ਸਲੋਗਨ ਡਰਾਈਵ ਦੀ ਮਹਾਮਾਰੀ ਨੂੰ ਡਿਫੀਟ ਕਰਨ ਲਈ ਔਰ ਖਾਸ ਕਰਕੇ ਜਿਹੜੇ ਸਾਡੇ ਪੰਜਾਬ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦਾ ਇੱਕ ਸੁਚੱਜਾ ਸੁਨੇਹਾ ਮਿਸ਼ਨ ਫਤਿਹ ਨੂੰ ਕਾਮਯਾਬ ਕਰਨ ਲਈ ਕੋਵਿਡ ਦੀ ਡਿਫੀਟ ਲਈ ਇਹ ਅੱਜ ਦੁਸਹਿਰੇ 'ਤੇ ਮਾਣਯੋਗ ਮੈਡੀਕਲ ਐਜੂਕੇਸ਼ਨ ਮਿਨਿਸਟਰ ਜੀ ਨੇ ਉਹ ਜਿਹੜਾ ਇੱਕ ਪੋਸਟਰ ਰਿਲੀਜ਼ ਕਰਕੇ ਸਮੁੱਚੇ ਲੁਧਿਆਣੇ ਦੇ ਵਾਸੀਆਂ ਨੂੰ ਇੱਕ ਬੜਾ ਮੈਸੇਜ ਜਿਹੜਾ ਪੋਸਟਰ 'ਚ ਡਿਪਿਕਟ ਕੀਤਾ ਗਿਆ ਵੀ ਇਹ ਜਿਹੜਾ ਦੁਸਹਿਰੇ ਦਾ ਫੈਸਟੀਵਲ ਹੈ ਇਹ ਸਮੁੱਚੇ ਹਿਊਮੈਨਿਟੀ ਲਈ ਕੋਵਿਡ ਤੋਂ ਰਾਹਤ ਦਵਾਵੇ।